ਸ਼ਿੰਦਰ ਕੌਰ ਭੁੱਖ ਨਾਲ ਤੜਫ ਰਹੀ ਸੀ। ਸਵੇਰ ਤੋਂ ਹੀ ਉਸ ਦੀ ਬਹੂ ਅਮਨ ਨੇ ਉਸ ਨੂੰ ਖਾਣ ਲਈ ਕੁਝ ਵੀ ਨਹੀਂ ਸੀ ਦਿੱਤਾ। ਬਹੂ ਨੇ ਸਵੇਰੇ ਨਾਸ਼ਤੇ ਵਿੱਚ ਆਲੂ ਦੇ ਪਰੌਂਠੇ ਬਣਾਏ ਜੋ ਸ਼ਿੰਦਰ ਕੌਰ ਦੇ ਖਾਣ ਤੋਂ ਪਹਿਲਾਂ ਹੀ ਖਤਮ ਹੋ ਗਏ। ਇਸ ਲਈ ਸ਼ਿੰਦਰ ਕੌਰ ਦੁਪਹਿਰ ਤੋਂ ਖਾਣੇ ਨੂੰ ਉਡੀਕ ਰਹੀ ਸੀ, ਪਰ ਉਹਨਾਂ ਦੀ ਬਹੂ ਅਮਨ ਨੇ ਸਵੇਰੇ ਹੀ ਪੇਟ ਭਰ ਕੇ ਖਾਣਾ ਖਾ ਲਿਆ ਸੀ। ਇਸ ਲਈ ਹੁਣ ਉਹ ਦੁਪਹਿਰ ਨੂੰ ਖਾਣਾ ਬਣਾਉਣ ਵਾਲੀ ਨਹੀਂ ਸੀ। ਬੇਅੰਤ ਭੁੱਖ ਤੋਂ ਪਰੇਸ਼ਾਨ ਹੋ ਕੇ ਸ਼ਿੰਦਰ ਕੌਰ ਆਪਣੀ ਬਹੂ ਅਮਨ ਦੇ ਕੋਲ ਗਈ। ਬਹੂ, ਮੈਨੂੰ ਬਹੁਤ ਜ਼ੋਰ ਨਾਲ ਭੁੱਖ ਲੱਗੀ ਆ, ਖਾਣ ਲਈ ਕੁਝ ਦੇ ਦੇ। ਉਸ ਦੀ ਗੱਲ ਸੁਣ ਕੇ ਅਮਨ ਮੂੰਹ ਟੇਢਾ ਕਰਕੇ ਬੋਲੀ, ਸਾਰਾ ਦਿਨ ਸਿਰਫ ਭੁੱਖ ਹੀ ਲੱਗਦੀ ਰਹਿੰਦੀ ਆ, ਹੋਰ ਤਾਂ ਕੋਈ ਕੰਮ ਹੈ ਨਹੀਂ ਤੁਹਾਨੂੰ। ਮੇਜ਼ 'ਤੇ ਛੋਲੇ ਪਏ ਆ, ਉਹ ਖਾਓ ਅਤੇ ਪਾਣੀ ਪੀ ਕੇ ਸੌਂ ਜਾਓ। ਅੱਜ ਦੁਪਹਿਰ ਨੂੰ ਮੈਂ ਫਰੈਂਡ ਨਾਲ ਬਾਹਰ ਜਾਣਾ ਹੈ, ਇਸ ਲਈ ਹੁਣ ਖਾਣਾ ਮੈਂ ਰਾਤ ਨੂੰ ਹੀ ਬਣਾਉਂਗੀ। ਇਹ ਸੁਣ ਕੇ ਸ਼ਿੰਦਰ ਕੌਰ ਦਾ ਮਨ ਉਦਾਸ ਹੋ ਗਿਆ। ਫਿਰ ਉਹ ਹੌਲੀ ਜਿਹੀ ਬੋਲੀ, ਜੇ ਤੈਨੂੰ ਠੀਕ ਲੱਗੇ ਮੈਂ ਆਪਣੇ ਲਈ ਕੁਝ ਬਣਾ ਲਾਂ। ਇਹ ਸੁਣ ਕੇ ਅਮਨ ਗੁੱਸੇ ਵਿੱਚ ਬੋਲੀ, ਹੁਣ ਇੱਕ ਜਾਣੇ ਲਈ ਖਾਣਾ ਬਣਾਉਂਗੇ? ਅਮਨ ਰਸੋਈ ਵਿੱਚ ਗਈ ਅਤੇ ਉਸਨੇ ਫਰਿੱਜ ਵਿੱਚ ਰੱਖੇ ਹੋਏ ਚੌਲ ਕੱਢੇ ਅਤੇ ਅਚਾਰ ਦੇ ਨਾਲ ਉਹ ਚੌਲ ਇੱਕ ਥਾਲੀ ਵਿੱਚ ਪਰੋਸ ਕੇ ਲੈ ਆਈ ਅਤੇ ਸੱਸ ਦੇ ਅੱਗੇ ਰੱਖ ਕੇ ਬੋਲੀ ਕਿ ਖਾ ਲਓ। ਇੰਨਾ ਕਹਿ ਕੇ ਉਹ ਪਰਸ ਚੁੱਕ ਕੇ ਘਰੋਂ ਬਾਹਰ ਚਲੀ ਗਈ। ਜਿਹੜੇ ਚੌਲ ਉਹ ਖਾਣ ਲਈ ਦੇ ਕੇ ਗਈ ਸੀ, ਭਾਵੇਂ ਉਹ ਫਰਿੱਜ ਵਿੱਚੋਂ ਕੱਢੇ ਸੀ, ਪਰ ਫਿਰ ਵੀ ਉਹਨਾਂ ਵਿੱਚੋਂ ਗੰਦੀ ਬਦਬੂ ਆ ਰਹੀ ਸੀ। ਸ਼ਿੰਦਰ ਕੌਰ ਨੇ ਗੁੱਸੇ ਵਿੱਚ ਉਹ ਚੌਲ ਡਸਟਬਿਨ ਵਿੱਚ ਸੁੱਟ ਦਿੱਤੇ। ਫਿਰ ਉਸਨੇ ਦਾਲ ਚੌਲ ਕੱਢ ਕੇ ਆਪਣੇ ਲਈ ਗਰਮਾ ਗਰਮ ਖਿਚੜੀ ਬਣਾਈ ਅਤੇ ਪੁਦੀਨੇ ਦੀ ਚਟਨੀ ਨਾਲ ਖਾ ਲਈ। ਫਿਰ ਸਾਰੇ ਬਰਤਨ ਧੋ ਕੇ ਰਸੋਈ ਵੀ ਸਾਫ਼ ਕਰ ਦਿੱਤੀ ਅਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਉਹ ਸੋਚਣ ਲੱਗੀ ਕਿ ਕੀ ਹੋਇਆ ਜੇ ਨੂੰਹ ਨੇ ਮਨਾ ਕਰ ਹੀ ਦਿੱਤਾ ਸੀ, ਪਰ ਉਹ ਆਪਦਾ ਖਾਣਾ ਆਪੇ ਬਣਾ ਸਕਦੀ ਹੈ। ਅਗਲੇ ਦਿਨ ਸਵੇਰੇ ਸ਼ਿੰਦਰ ਕੌਰ ਆਪਣੇ ਕਮਰੇ ਵਿੱਚ ਬੈਠੀ ਸੀ ਕਿ ਉਸਦਾ ਪੁੱਤਰ ਮਨਵੀਰ ਕਮਰੇ ਵਿੱਚ ਆਇਆ ਅਤੇ ਕਹਿੰਦਾ, ਮੰਮੀ ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਗਈ ਆ, ਮੈਨੂੰ ਘਰ ਚਲਾਉਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਆ, ਉੱਪਰੋਂ ਪਾਪਾ ਜੀ ਦੇ ਪਾਠ ਦੇ ਭੋਗ 'ਤੇ ਵੀ ਬਹੁਤ ਖਰਚਾ ਹੋ ਗਿਆ। ਮੰਮੀ ਮੈਂ ਸੋਚ ਰਿਹਾ ਕਿ ਘਰ ਦਾ ਇੱਕ ਕਮਰਾ ਕਿਰਾਏ 'ਤੇ ਦੇ ਦਿੱਤਾ ਜਾਵੇ, ਇਸ ਨਾਲ ਘਰ ਖਰਚ ਵਿੱਚ ਵੀ ਕੁਝ ਮਦਦ ਹੋ ਜਾਵੇਗੀ। ਸ਼ਿੰਦਰ ਕੌਰ ਨੇ ਕਿਹਾ, ਬੇਟਾ ਤੈਨੂੰ ਜੋ ਠੀਕ ਲੱਗਦਾ ਤੂੰ ਉਹ ਕਰ। ਉਸ ਤੋਂ ਬਾਅਦ ਮਨਵੀਰ ਥੋੜ੍ਹਾ ਹਿਚਕਚਾਉਂਦੇ ਹੋਏ ਬੋਲਿਆ, ਮੰਮੀ ਤੂੰ ਆਪਣਾ ਕਮਰਾ ਖਾਲੀ ਕਰ ਦੇ, ਥੱਲੇ ਵਾਲੇ ਕਮਰੇ ਵਿੱਚ ਸ਼ਿਫਟ ਹੋ ਜਾ। ਉਹ ਕਮਰਾ ਛੋਟਾ ਹੈ ਨਾ, ਨਾ ਹੀ ਉਸ ਲਈ ਬਾਥਰੂਮ ਹੈ ਨਾ ਹੀ ਟੋਇਲੈਟ ਹੈ, ਤਾਂ ਹੀ ਉਸ ਲਈ ਕੋਈ ਕਿਰਾਏਦਾਰ ਨਹੀਂ ਮਿਲਣਾ। ਸ਼ਿੰਦਰ ਕੌਰ ਨੇ ਹੈਰਾਨ ਹੁੰਦੇ ਕਿਹਾ, ਬੇਟਾ ਉਹ ਕਮਰਾ ਤਾਂ ਬਹੁਤ ਛੋਟਾ ਹੈ, ਉਹ ਤਾਂ ਸਟੋਰ ਆ, ਮੈਂ ਉੱਥੇ ਰਹੂੰਗੀ ਤਾਂ ਟੋਇਲੈਟ ਬਾਥਰੂਮ ਕਿਵੇਂ ਜਾਊਂਗੀ? ਮਨਵੀਰ ਬੋਲਿਆ, ਤੂੰ ਬਾਹਰ ਵਿਹੜੇ ਵਾਲਾ ਟੋਇਲੈਟ ਵਰਤ ਲਈ, ਵੈਸੇ ਵੀ ਤੂੰ ਤਾਂ ਘਰ ਹੀ ਰਹਿਣਾ ਹੁੰਦਾ ਅਤੇ ਜਿਸ ਨੂੰ ਆਪਾਂ ਕਮਰਾ ਕਿਰਾਏ 'ਤੇ ਦੇਵਾਂਗੇ ਉਸ ਨੂੰ ਤਾਂ ਸਾਰੀਆਂ ਸੁੱਖ ਸੁਵਿਧਾਵਾਂ ਚਾਹੀਦੀਆਂ ਨੇ, ਨਾਲੇ ਵੈਸੇ ਵੀ ਉਹ ਕਮਰਾ ਛੋਟਾ ਅਤੇ ਪਾਪਾ ਦੇ ਜਾਣ ਤੋਂ ਬਾਅਦ ਤਾਂ ਤੈਨੂੰ ਵੱਡੇ ਕਮਰੇ ਦੀ ਜ਼ਰੂਰਤ ਵੀ ਕੀ ਆ? ਸ਼ਿੰਦਰ ਕੌਰ ਕੁਝ ਦੇਰ ਤੱਕ ਸ਼ਾਂਤ ਰਹੀ ਅਤੇ ਥੋੜ੍ਹੀ ਦੇਰ ਸੋਚਣ ਤੋਂ ਬਾਅਦ ਬੋਲੀ, ਛੱਤ 'ਤੇ ਜੋ ਕਮਰਾ ਆਪਾਂ ਉਹ ਵੀ ਤਾਂ ਕਿਰਾਏ 'ਤੇ ਦੇ ਸਕਦੇ ਹਾਂ, ਉਸ ਕਮਰੇ ਵਿੱਚ ਵੀ ਸਾਰੀਆਂ ਸੁੱਖ ਸੁਵਿਧਾਵਾਂ ਹਨ। ਤਾਂ ਮਨਵੀਰ ਬੋਲਿਆ, ਨਹੀਂ ਮੰਮੀ ਉਹ ਕਮਰਾ ਆਪਾਂ ਕਿਰਾਏ 'ਤੇ ਨਹੀਂ ਦੇ ਸਕਦੇ, ਉਹ ਅਸੀਂ ਆਪਣੇ ਮਹਿਮਾਨਾਂ ਦੇ ਲਈ ਰੱਖਿਆ ਹੈ। ਤੈਨੂੰ ਤਾਂ ਪਤਾ ਹੀ ਆ ਕਿ ਅਮਨ ਦੇ ਪੇਕੇ ਵਾਲਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਹੁਣ ਸ਼ਿੰਦਰ ਕੌਰ ਸਾਬ ਸਮਝ ਗਈ ਸੀ ਕਿ ਉਸਦੇ ਪੁੱਤਰ ਨੇ ਉਸਦਾ ਕਮਰਾ ਹੀ ਕਿਰਾਏ 'ਤੇ ਦੇਣ ਦੀ ਜਿੱਦ ਕਿਉਂ ਫੜੀ ਆ, ਕਿਉਂਕਿ ਉਹ ਬੁਢਾਪੇ ਵਿੱਚ ਆਪਣੇ ਪੁੱਤਰ 'ਤੇ ਨਿਰਭਰ ਸੀ। ਇਸ ਲਈ ਮਨਵੀਰ ਨੇ ਜੋ ਕਿਹਾ ਸੀ ਉਸ ਲਈ ਉਸਨੇ ਜ਼ਿਆਦਾ ਬਹਿਸ ਨਹੀਂ ਕੀਤੀ। ਉਸਨੇ ਥੋੜ੍ਹਾ ਜਿਹਾ ਆਪਣਾ ਜ਼ਰੂਰਤ ਦਾ ਸਮਾਨ ਚੁੱਕਿਆ ਅਤੇ ਉਸ ਛੋਟੇ ਜਿਹੇ ਕਮਰੇ ਵਿੱਚ ਸ਼ਿਫਟ ਹੋ ਗਈ। ਉਹ ਕਮਰਾ ਸੱਚੀ ਬਹੁਤ ਛੋਟਾ ਸੀ, ਉੱਥੇ ਉਸਦਾ ਦਮ ਘੁੱਟਦਾ ਸੀ, ਪਰ ਫਿਰ ਵੀ ਉਹ ਉਸੇ ਕਮਰੇ ਵਿੱਚ ਹੀ ਆਪਣੇ ਦਿਨ ਕੱਟਣ ਲੱਗੀ। ਨਵਾਂ ਕਿਰਾਏਦਾਰ ਵੀ ਆ ਚੁੱਕਿਆ ਸੀ, ਸਭ ਪਹਿਲਾਂ ਵਾਂਗ ਚੱਲ ਰਿਹਾ ਸੀ। ਘਰ ਵਿੱਚ ਆਏ ਹੋਏ ਕਿਰਾਏਦਾਰ ਦਾ ਨਾਂ ਜਸਰਾਜ ਸੀ। ਉਹ ਇੱਕ ਸਮਾਜ ਸੇਵੀ ਸੰਸਥਾ ਚਲਾਉਂਦਾ ਸੀ। ਉਹ ਕਾਫੀ ਦਿਨਾਂ ਤੋਂ ਨੋਟ ਕਰ ਰਿਹਾ ਸੀ ਕਿ ਅਮਨ ਅਤੇ ਉਸਦਾ ਪਤੀ ਮਨਵੀਰ ਆਪਣੀ ਬੁੱਢੀ ਮਾਂ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ।
ਇਹ ਸਭ ਦੇਖ ਕੇ ਉਸ ਨੂੰ ਬਹੁਤ ਬੁਰਾ ਲੱਗਦਾ ਸੀ। ਹੌਲੀ ਹੌਲੀ ਸ਼ਿੰਦਰ ਕੌਰ ਜਸਰਾਜ ਨੂੰ ਆਪਣੇ ਪੁੱਤਰ ਵਾਂਗ ਮੰਨਣ ਲੱਗੀ। ਜਸਰਾਜ ਵੀ ਆਉਂਦੇ ਜਾਂਦੇ ਸ਼ਿੰਦਰ ਕੌਰ ਦਾ ਹਾਲ ਚਾਲ ਪੁੱਛਦਾ ਰਹਿੰਦਾ ਤੇ ਉਹਨਾਂ ਦਾ ਖਿਆਲ ਵੀ ਰੱਖਦਾ ਸੀ। ਮਨਵੀਰ ਤੇ ਅਮਨ ਨੂੰ ਤਾਂ ਆਪਣੀ ਮਾਂ ਤੋਂ ਕੁਝ ਲੈਣਾ ਦੇਣਾ ਹੀ ਨਹੀਂ ਸੀ। ਅਮਨ ਖਾਣਾ ਲੈ ਕੇ ਆਉਂਦੀ ਤੇ ਉਸ ਦੀ ਥਾਲੀ ਵਿੱਚ ਰੱਖ ਕੇ ਚਲੀ ਜਾਂਦੀ। ਬੇਟਾ ਤਾਂ ਉਸ ਵੱਲ ਦੇਖਦਾ ਵੀ ਨਹੀਂ ਸੀ। ਸ਼ਿੰਦਰ ਕੌਰ ਸਮਝ ਚੁੱਕੀ ਸੀ ਕਿ ਉਸ ਦਾ ਪੁੱਤਰ ਹੁਣ ਪਹਿਲਾਂ ਵਾਂਗ ਨਹੀਂ ਰਿਹਾ, ਉਹ ਬਦਲ ਗਿਆ ਹੈ। ਪਰ ਫਿਰ ਵੀ ਉਹ ਆਪਣੀਆਂ ਅੱਖਾਂ ਬੰਦ ਕਰਕੇ ਕਿਸੇ ਵੀ ਤਰ੍ਹਾਂ ਘਰ ਵਿੱਚ ਰਹੀ ਜਾਂਦੀ ਸੀ, ਕਿਉਂਕਿ ਬੁਢਾਪੇ ਵਿੱਚ ਉਸ ਦਾ ਕੋਈ ਦੂਸਰਾ ਸਹਾਰਾ ਵੀ ਨਹੀਂ ਸੀ। ਰੋਟੀ ਦੇ ਦੋ ਟੁਕੜਿਆਂ ਲਈ ਉਸ ਨੂੰ ਆਪਣੇ ਨੂੰਹ ਪੁੱਤਰ ਦੇ ਸਹਾਰੇ ਰਹਿਣਾ ਪੈ ਰਿਹਾ ਸੀ। ਕਦੇ ਕਦੇ ਸ਼ਿੰਦਰ ਕੌਰ ਨੂੰ ਬਹੁਤ ਰੋਣਾ ਆਉਂਦਾ। ਸ਼ਿੰਦਰ ਕੌਰ ਜਸਰਾਜ ਨੂੰ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਦੱਸਣ ਲੱਗੀ ਸੀ। ਉਸ ਦੇ ਪਤੀ ਦੀ ਮੌਤ ਬੇਟੇ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਹੋਈ ਸੀ, ਪਰ ਉਹ ਜ਼ਿਆਦਾ ਬੋਲ ਨਹੀਂ ਸੀ ਸਕੀ। ਜਦੋਂ ਉਸ ਦਾ ਪਤੀ ਜਿਉਂਦਾ ਸੀ ਉਹ ਕੰਮ 'ਤੇ ਜਾਂਦਾ ਸੀ ਤਾਂ ਉਹਨਾਂ ਦੋਨਾਂ ਦਾ ਘਰ ਵਿੱਚ ਪੂਰਾ ਮਾਣ ਸਤਿਕਾਰ ਹੁੰਦਾ ਸੀ। ਜਦੋਂ ਉਹ ਕੰਮ ਕਰਨ ਵਿੱਚ ਅਸਮਰਥ ਹੋ ਗਿਆ ਉਦੋਂ ਵੀ ਉਸਨੇ ਮਨਵੀਰ ਨੂੰ ਘਰ ਦਾ ਖਰਚਾ ਚਲਾਉਣ ਲਈ ਪੈਸੇ ਦਿੱਤੇ। ਜਦੋਂ ਤੱਕ ਉਸਦਾ ਪਤੀ ਘਰ ਚਲਾ ਰਿਹਾ ਸੀ ਉਦੋਂ ਤੱਕ ਮਨਵੀਰ ਆਪਣੇ ਸਾਰੇ ਪੈਸੇ ਬਚਾ ਲੈਂਦਾ ਸੀ। ਜਦੋਂ ਉਸਦੇ ਪਾਪਾ ਪੂਰੀ ਤਰ੍ਹਾਂ ਅਸਮਰਥ ਹੋ ਗਏ ਉਦੋਂ ਸ਼ਰਮ ਅਤੇ ਮਜਬੂਰੀ ਦੀ ਵਜ੍ਹਾ ਨਾਲ ਘਰ ਦਾ ਖਰਚਾ ਉਸਨੂੰ ਚਲਾਉਣਾ ਪਿਆ। ਹੌਲੀ ਹੌਲੀ ਮਾਂ ਬਾਪ ਦਾ ਖਰਚਾ ਉਸਨੂੰ ਬੋਝ ਲੱਗਣ ਲੱਗ ਪਿਆ ਸੀ, ਪਰ ਉਹ ਸਾਫ਼ ਸਾਫ਼ ਕੁਝ ਨਹੀਂ ਸੀ ਕਹਿ ਸਕਦਾ। ਇੱਕ ਰਾਤ ਉਸਦੇ ਪਤੀ ਦੀ ਸਿਹਤ ਬਹੁਤ ਵਿਗੜ ਗਈ। ਡਾਕਟਰ ਕੋਲ ਜਾ ਕੇ ਪਤਾ ਲੱਗਿਆ ਕਿ ਉਹਨਾਂ ਨੂੰ ਤਾਂ ਨਮੂਨੀਆ ਹੋ ਗਿਆ ਸੀ। ਡਾਕਟਰ ਥੋੜ੍ਹੀ ਮਹਿੰਗੀ ਦਵਾਈ ਲਿਖ ਕੇ ਦਿੰਦੇ ਸੀ ਤਾਂ ਜ਼ਿਆਦਾ ਪੈਸੇ ਖਰਚ ਨਾ ਹੋਣ, ਇਸ ਲਈ ਮਨਵੀਰ ਅੱਧੀ ਦਵਾਈ ਲੈ ਕੇ ਆਉਂਦਾ ਸੀ। ਸ਼ੁਰੂ ਵਿੱਚ ਜਦੋਂ ਪਤੀ ਦੀ ਸਿਹਤ ਸੁਧਰ ਰਹੀ ਸੀ ਤਾਂ ਮਨਵੀਰ ਨੇ ਉਹਨਾਂ ਦੀਆਂ ਦਵਾਈਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਸੀ। ਪਤੀ ਵੀ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਸੀ ਦਿੰਦੇ, ਪਰ ਇੱਕ ਰਾਤ ਉਹਨਾਂ ਨੂੰ ਸਾਹ ਲੈਣ ਵਿੱਚ ਬਹੁਤ ਪਰੇਸ਼ਾਨੀ ਹੋਣ ਲੱਗੀ। ਉਹ ਘਬਰਾ ਗਈ ਅਤੇ ਭੱਜੀ ਭੱਜੀ ਮਨਵੀਰ ਦੇ ਕਮਰੇ ਵੱਲ ਗਈ ਅਤੇ ਉਸਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀ ਕਿ ਤੇਰੇ ਪਾਪਾ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ, ਚੱਲ ਆਪਾਂ ਉਹਨਾਂ ਨੂੰ ਜਲਦੀ ਨਾਲ ਡਾਕਟਰ ਕੋਲ ਲੈ ਚੱਲੀਏ। ਤਾਂ ਮਨਵੀਰ ਬੋਲਿਆ, ਮੰਮੀ ਹਜੇ ਮੈਨੂੰ ਸੌਣ ਦੇ, ਮੈਨੂੰ ਬਹੁਤ ਨੀਂਦ ਆ ਰਹੀ ਆ, ਆਪਾਂ ਸਵੇਰੇ ਪਾਪਾ ਨੂੰ ਡਾਕਟਰ ਕੋਲ ਲੈ ਚੱਲਾਂਗੇ। ਇੰਨਾ ਕਹਿ ਕੇ ਉਸਨੇ ਦਰਵਾਜ਼ਾ ਬੰਦ ਕਰ ਲਿਆ। ਸ਼ਿੰਦਰ ਕੌਰ ਪੂਰੀ ਰਾਤ ਪਤੀ ਦੇ ਸਿਰਾਣੇ ਚਿੰਤਾ ਵਿੱਚ ਬੈਠੀ ਰਹੀ, ਕਦੇ ਉਹਨਾਂ ਦੀ ਮਾਲਿਸ਼ ਕਰਦੀ ਅਤੇ ਕਦੇ ਭਾਫ਼ ਦਿੰਦੀ, ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਵੇਰ ਤੱਕ ਉਸਦੇ ਪਤੀ ਦੀ ਮੌਤ ਹੋ ਗਈ। ਮਨਵੀਰ ਰੋਣ ਦਾ ਨਾਟਕ ਕਰਨ ਲੱਗਾ ਅਤੇ ਅਮਨ ਵੀ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਸੱਚੀ ਉਸਨੂੰ ਸਹੁਰੇ ਦੇ ਜਾਣ ਦਾ ਬਹੁਤ ਦੁੱਖ ਹੋ ਰਿਹਾ ਹੋਵੇ। ਅਸਲ ਵਿੱਚ ਸਭ ਤੋਂ ਜ਼ਿਆਦਾ ਧੱਕਾ ਸ਼ਿੰਦਰ ਕੌਰ ਨੂੰ ਲੱਗਾ, ਪਰ ਉਹ ਕੁਝ ਬੋਲ ਨਹੀਂ ਸੀ ਸਕਦੀ। ਸ਼ਿੰਦਰ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਅਤੇ ਉਸਦੇ ਬੁੱਲ ਕੰਬ ਰਹੇ ਸੀ, ਜਿਵੇਂ ਕਿ ਉਹ ਕਹਿਣਾ ਚਾਹੁੰਦੀ ਹੋਵੇ ਕਿ ਹੁਣ ਇਸ ਤਰ੍ਹਾਂ ਰੋਣ ਦਾ ਨਾਟਕ ਕਿਉਂ ਕਰ ਰਹੇ ਹੋ, ਮੇਰੇ ਪਤੀ ਦੀ ਮੌਤ ਦੇ ਜ਼ਿੰਮੇਵਾਰ ਤੁਸੀਂ ਦੋਨੋਂ ਹੀ ਤਾਂ ਹੋ। ਪਰ ਉਹ ਕੁਝ ਨਾ ਕਹਿ ਸਕੀ। ਪਤੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਸ਼ਿੰਦਰ ਕੌਰ ਦੇ ਦਿਮਾਗ ਵਿੱਚ ਹਮੇਸ਼ਾ ਇੱਕ ਹੀ ਗੱਲ ਚੱਲਦੀ ਰਹਿੰਦੀ ਕਿ ਜੇਕਰ ਮਨਵੀਰ ਨੇ ਲਾਪਰਵਾਹੀ ਨਾ ਵਰਤੀ ਹੁੰਦੀ ਤਾਂ ਅੱਜ ਮੇਰਾ ਪਤੀ ਜਿਉਂਦਾ ਹੁੰਦਾ। ਪਤੀ ਦੀ ਮੌਤ ਤੋਂ ਬਾਅਦ ਅਮਨ ਅਤੇ ਮਨਵੀਰ ਦਾ ਵਿਹਾਰ ਬਿਲਕੁਲ ਬਦਲ ਗਿਆ। ਸ਼ਿੰਦਰ ਕੌਰ ਨੂੰ ਹੁਣ ਨੂੰਹ ਪੁੱਤ ਦੇ ਇਸ ਤਰ੍ਹਾਂ ਦੇ ਵਤੀਰੇ ਦੀ ਆਦਤ ਹੋ ਗਈ ਸੀ, ਇਸ ਲਈ ਉਹ ਉਹਨਾਂ ਵੱਲੋਂ ਕੋਈ ਵੀ ਉਮੀਦ ਨਹੀਂ ਸੀ ਰੱਖਦੀ। ਪਰ ਮਨ ਅੰਦਰ ਇਹ ਸੋਚ ਉਸਨੂੰ ਖਾ ਰਹੀ ਸੀ ਕਿ ਅਜਿਹੀ ਔਲਾਦ ਨੂੰ ਉਹ ਸਬਕ ਨਹੀਂ ਸੀ ਸਿਖਾ ਸਕਦੀ। ਇੱਕ ਦਿਨ ਉਹਨਾਂ ਦੇ ਕਿਰਾਏਦਾਰ ਜਸਰਾਜ ਉਹਨਾਂ ਦੇ ਕੋਲ ਆਇਆ ਅਤੇ ਸ਼ਿੰਦਰ ਕੌਰ ਨੂੰ ਉਸਨੇ ਕੁਝ ਗੱਲਾਂ ਸਮਝਾਈਆਂ। ਉਸ ਦੀਆਂ ਗੱਲਾਂ ਸੁਣ ਕੇ ਸ਼ਿੰਦਰ ਕੌਰ ਦੀਆਂ ਅੱਖਾਂ ਵਿੱਚ ਇੱਕ ਨਵੀਂ ਉਮੀਦ ਜਾਗ ਪਈ। ਦੂਜੇ ਦਿਨ ਸ਼ਿੰਦਰ ਕੌਰ ਅਮਨ ਅਤੇ ਮਨਵੀਰ ਦੇ ਕੋਲ ਗਈ ਅਤੇ ਬੋਲੀ, ਮੈਂ ਤੁਹਾਡੇ ਦੋਨਾਂ ਨਾਲ ਕੁਝ ਜ਼ਰੂਰੀ ਗੱਲ ਕਰਨੀ ਆ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਤੁਹਾਨੂੰ ਦੋਨਾਂ ਨੂੰ ਮੇਰੇ ਨਾਲ ਰਹਿਣ ਵਿੱਚ ਤਕਲੀਫ ਆ, ਇਸ ਲਈ ਮੈਂ ਸੋਚਿਆ ਕਿ ਮੈਂ ਬਿਰਧ ਆਸ਼ਰਮ ਵਿੱਚ ਰਹੂੰਗੀ।
ਇਹ ਸੁਣ ਕੇ ਅਮਨ ਬਹੁਤ ਖੁਸ਼ ਹੋ ਗਈ। ਮਨਵੀਰ ਨੇ ਥੋੜ੍ਹਾ ਦੁਖੀ ਹੋਣ ਦਾ ਨਾਟਕ ਕੀਤਾ, ਜਿਸ ਤੋਂ ਬਾਅਦ ਸ਼ਿੰਦਰ ਕੌਰ ਉਹਨਾਂ ਦੋਨਾਂ ਦੇ ਚਿਹਰੇ ਵੇਖ ਕੇ ਦੋਨਾਂ ਨੂੰ ਕਹਿੰਦੀ ਹੈ ਕਿ ਮਨਵੀਰ ਤੈਨੂੰ ਦੁਖੀ ਹੋਣ ਦੀ ਜ਼ਰੂਰਤ ਨਹੀਂ ਆ ਅਤੇ ਅਮਨ ਤੈਨੂੰ ਇਹਨਾਂ ਖੁਸ਼ ਹੋਣ ਦੀ ਵੀ ਲੋੜ ਨਹੀਂ ਆ। ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਵੋ ਤੁਸੀਂ ਦੋਵੇਂ। ਫਿਰ ਸ਼ਿੰਦਰ ਕੌਰ ਹੱਸ ਕੇ ਬੋਲੀ, ਹਾਂ ਇਹ ਸੱਚ ਆ ਕਿ ਮੈਂ ਬਿਰਧ ਆਸ਼ਰਮ ਵਿੱਚ ਰਹਾਂਗੀ, ਪਰ ਮੈਂ ਇਸ ਘਰ ਨੂੰ ਹੀ ਬਿਰਧ ਆਸ਼ਰਮ ਬਣਾਵਾਂਗੀ। ਹੁਣ ਇੱਥੇ ਤੁਹਾਡੇ ਵਰਗੇ ਮਤਲਬੀ ਨੂੰ ਪੁੱਤ ਨਹੀਂ ਰਹਿਣਗੇ, ਬਲਕਿ ਮੇਰੇ ਵਰਗੇ ਬਜ਼ੁਰਗ ਰਹਿਣਗੇ ਅਤੇ ਇਹ ਮੇਰਾ ਆਖਰੀ ਫੈਸਲਾ ਹੈ। ਇਹ ਸੁਣ ਕੇ ਮਨਵੀਰ ਅਤੇ ਅਮਨ ਦੋਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਅਤੇ ਉਹ ਦੋਨੇ ਇੱਕ ਦੂਜੇ ਵੱਲ ਦੇਖਣ ਲੱਗੇ। ਉਹਨਾਂ ਦੋਨਾਂ ਨੇ ਸੋਚਿਆ ਸੀ ਕਿ ਸ਼ਿੰਦਰ ਕੌਰ ਆਪਣੇ ਆਪ ਹੀ ਘਰ ਛੱਡ ਕੇ ਚਲੀ ਜਾਵੇਗੀ ਅਤੇ ਉਹ ਦੋਨੋਂ ਖੁਸ਼ੀ ਖੁਸ਼ੀ ਰਹਿਣਗੇ। ਉਹਨਾਂ ਨੂੰ ਲੱਗਿਆ ਸੀ ਕਿ ਹੁਣ ਉਹਨਾਂ ਨੂੰ ਆਪਣੀ ਮਾਂ ਦੀ ਖਾਤਰਦਾਰੀ ਨਹੀਂ ਕਰਨੀ ਪਵੇਗੀ, ਉਸਦਾ ਧਿਆਨ ਨਹੀਂ ਰੱਖਣਾ ਪਵੇਗਾ, ਪਰ ਇੱਥੇ ਤਾਂ ਸਭ ਕੁਝ ਉਲਟਾ ਹੀ ਹੋ ਗਿਆ। ਸ਼ਿੰਦਰ ਕੌਰ ਦੀ ਗੱਲ ਸੁਣ ਕੇ ਮਨਵੀਰ ਗੁੱਸੇ ਨਾਲ ਬੋਲਿਆ, ਮਾਂ ਤੇਰਾ ਦਿਮਾਗ ਤਾਂ ਠੀਕ ਹੈ ਨਾ, ਇਸ ਘਰ 'ਤੇ ਮੇਰਾ ਵੀ ਹੱਕ ਆ, ਫਿਰ ਤੂੰ ਇਸ ਘਰ ਨੂੰ ਕਿਵੇਂ ਬਿਰਧ ਆਸ਼ਰਮ ਬਣਾ ਸਕਦੀ ਆਂ। ਸ਼ਿੰਦਰ ਕੌਰ ਵੀ ਗੁੱਸੇ ਨਾਲ ਬੋਲੀ, ਤੂੰ ਭੁੱਲ ਰਿਹਾ ਬੇਟਾ, ਅਜੇ ਤੱਕ ਇਹ ਘਰ ਮੇਰੇ ਹੀ ਨਾਮ ਆ, ਤੁਸੀਂ ਦੋਨਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੈ, ਛੋਟੀਆਂ ਛੋਟੀਆਂ ਗੱਲਾਂ 'ਤੇ ਮੇਰਾ ਅਪਮਾਨ ਕੀਤਾ ਹੈ, ਬਿਮਾਰੀ ਵੇਲੇ ਵੀ ਮੇਰਾ ਧਿਆਨ ਨਹੀਂ ਰੱਖਿਆ, ਖਾਣ ਪੀਣ ਦੇ ਲਈ ਵੀ ਮੈਨੂੰ ਬਹੁਤ ਤਰਸਾਇਆ, ਤੇਰੇ ਪਾਪਾ ਮੈਨੂੰ ਛੱਡ ਕੇ ਚਲੇ ਗਏ, ਜੇਕਰ ਮੈਂ ਇਹ ਸਖ਼ਤ ਫੈਸਲਾ ਨਾ ਲਿਆ ਤਾਂ ਮੇਰਾ ਵੀ ਉਹੀ ਹਾਲ ਹੋਣਾ ਜੋ ਤੁਹਾਡੇ ਪਾਪਾ ਦਾ ਹੋਇਆ ਸੀ। ਇਸ ਲਈ ਮੈਂ ਸੋਚਿਆ ਹੈ ਕਿ ਪੁੱਤ ਦੇ ਝੂਠੇ ਪਿਆਰ ਦੇ ਜਾਲ ਵਿੱਚ ਫਸਣ ਤੋਂ ਚੰਗਾ ਹੈ ਕਿ ਮੈਂ ਆਪਣੇ ਬਾਰੇ ਸੋਚਾਂ। ਇਹ ਸੁਣਦਿਆਂ ਹੀ ਮਨਵੀਰ ਗੋਡਿਆਂ ਭਾਰ ਬੈਠ ਕੇ ਬੋਲਣ ਲੱਗਾ, ਮੰਮੀ ਮੈਨੂੰ ਮਾਫ਼ ਕਰ ਦੇ, ਅਸੀਂ ਦੋਨੋਂ ਤੇਰਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਾਂਗੇ, ਤੇਰਾ ਕਦੇ ਵੀ ਅਪਮਾਨ ਨਹੀਂ ਕਰਾਂਗੇ, ਮਾਂ ਥੋੜ੍ਹਾ ਜਿਹਾ ਸੋਚ ਕੇ ਦੇਖ ਸਾਡਾ ਕੀ ਹੋਊਗਾ। ਸ਼ਿੰਦਰ ਕੌਰ ਵੀ ਉੱਚੀ ਆਵਾਜ਼ ਵਿੱਚ ਬੋਲੀ, ਮੈਂ ਤੇ ਤੇਰੇ ਪਾਪਾ ਨੇ ਤੈਨੂੰ ਬਹੁਤ ਚੰਗੇ ਸੰਸਕਾਰ ਦਿੱਤੇ ਸੀ, ਪਰ ਫਿਰ ਵੀ ਤੂੰ ਸਿਰਫ ਆਪਣੇ ਬਾਰੇ ਹੀ ਸੋਚਿਆ, ਆਪਣੇ ਪਰਿਵਾਰ ਬਾਰੇ ਹੀ ਸੋਚਿਆ, ਆਪਣੇ ਮਾਂ ਬਾਪ ਬਾਰੇ ਕਦੇ ਨਹੀਂ ਸੋਚਿਆ, ਫਿਰ ਮੈਂ ਤੇਰੇ ਬਾਰੇ ਕਿਉਂ ਸੋਚਾਂ। ਤੂੰ ਬਸ ਆਪਣੇ ਪਰਿਵਾਰ ਦਾ ਸੋਚ, ਮੇਰੀ ਚਿੰਤਾ ਨਾ ਕਰ ਅਤੇ ਜਲਦੀ ਤੋਂ ਜਲਦੀ ਇੱਕ ਘਰ ਛੱਡ ਕੇ ਚਲਾ ਜਾ, ਕਿਉਂਕਿ ਇਸ ਘਰ ਵਿੱਚ ਹੁਣ ਚੰਗੇ ਲੋਕ ਰਹਿਣ ਆ ਰਹੇ ਹਨ। ਇੰਨਾ ਕਹਿ ਕੇ ਸ਼ਿੰਦਰ ਕੌਰ ਆਪਣੇ ਕਮਰੇ ਵਿੱਚ ਚਲੀ ਗਈ। ਮਨਵੀਰ ਅਤੇ ਅਮਨ ਸੁੰਨ ਹੋਏ ਖੜ੍ਹੇ ਸ਼ਿੰਦਰ ਕੌਰ ਨੂੰ ਜਾਂਦੇ ਹੋਏ ਦੇਖਦੇ ਹੀ ਰਹਿ ਗਏ। ਸ਼ਿੰਦਰ ਕੌਰ ਨੇ ਆਪਣੇ ਵਰਗੇ ਬਜ਼ੁਰਗਾਂ ਨੂੰ ਉਸ ਘਰ ਵਿੱਚ ਆਸਰਾ ਦਿੱਤਾ ਅਤੇ ਜਸਰਾਜ ਦੀ ਮਦਦ ਨਾਲ ਬਿਰਧ ਆਸ਼ਰਮ ਬਹੁਤ ਵਧੀਆ ਚੱਲਣ ਲੱਗਾ। ਸੋ ਜੇਕਰ ਅੱਜ ਕੱਲ੍ਹ ਦੇ ਬੱਚੇ ਬਜ਼ੁਰਗ ਮਾਂ ਬਾਪ ਨਾਲ ਇਸ ਤਰ੍ਹਾਂ ਵਿਹਾਰ ਕਰਨਗੇ ਤਾਂ ਬਜ਼ੁਰਗ ਮਾਂ ਬਾਪ ਵੀ ਸਖ਼ਤ ਫੈਸਲਾ ਲੈ ਸਕਦੇ ਹਨ। ਸੋ ਤੁਹਾਡਾ ਕੀ ਵਿਚਾਰ ਹੈ, ਕਿ ਸ਼ਿੰਦਰ ਕੌਰ ਦਾ ਫੈਸਲਾ ਸਹੀ ਸੀ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਓ। ਕਹਾਣੀ ਚੰਗੀ ਲੱਗੀ ਲਾਈਕ ਵੀ ਕਰਿਓ, ਦੋਸਤਾਂ ਨਾਲ ਸ਼ੇਅਰ ਵੀ ਕਰਿਓ, ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਸੁਣਦੇ ਰਹੋ। ਧੰਨਵਾਦ।